ਜਿਹੜਾ ਲਾਲਜੀਤ ਭੁੱਲਰ ਹੈ ਉਹ ਇੰਨਾ ਹੀ ਬੇਅਕਲ ਹੈ ਵੀ ਉਹਨੂੰ ਇੰਨੀ ਅਕਲ ਹੈ ਨੀ ਵੀ ਇਹ ਦੋ ਸਮਾਜ ਬਿਨਾਂ ਤਾਂ ਸ੍ਰਿਸ਼ਟੀ ਨੀ ਚੱਲਦੀ। ਇਸ ਤਰ੍ਹਾਂ ਹੱਥ ਮਾਰ ਮਾਰ ਕੇ ਜਿਹੜੇ ਮੇਜ਼ ਤੇ ਉਹ ਗੱਲ ਕਰਦਾ, ਉਹ ਮੇਜ਼ ਕਿਹਨੇ ਬਣਾਇਆ? 48 ਦੁਕਾਨ ਦੀ ਗੱਲ ਕਰਦਾ, 48 ਦੁਕਾਨ ਕਿਹਨੇ ਬਣਾਈ ਉਹਦੀ? 48 ਦੁਕਾਨ ਬਣਾਈ ਕਿਹਨੇ? ਮਿਸਤਰੀਆਂ ਨੇ। ਕੋਠੀ ਕਿਹਨੇ ਬਣਾਈ ਉਹਦੀ? ਕੋਠੀ ਉਹ ਮਿਸਤਰੀਆਂ ਨੇ ਬਣਾਈ। ਮਿਸਤਰੀਆਂ ਤੋਂ ਬਿਨਾਂ ਕਿਵੇਂ ਉਹ ਕੋਠੀ ਬਣਾ ਸਕਦੇ ਆ? ਉਹਦੇ ਦੇ ਪੂਰੇ ਸਮਾਜ ਨੂੰ ਉਹਨਾਂ ਜਿੰਨਾ ਵੀ ਮਿਸਤਰੀ ਭਾਈਚਾਰਾ ਉਹਦੇ ਵਿੱਚ, ਚਾਹੇ ਉਹ ਰਾਮਗੜੀ ਹੈ, ਚਾਹੇ ਉਹ ਰਾਜ ਸਿੱਖ ਹੈ, ਚਾਹੇ ਉਹ ਕੰਬੋਜ ਬਰਾਦਰੀ ਹੈ, ਚਾਹੇ ਉਹ ਕੰਬੋਜ ਬਰਾਦਰੀ ਹੈ, ਕਿਉਂਕਿ ਕੰਬੋਜ ਬਰਾਦਰੀ ਬਹੁਤ ਸਾਰੀ ਵਿਸ਼ਕਰਮਾ ਦੇ ਨਾਲ ਜੁੜੀ ਹੋਈ ਹੈ। ਜੱਸਾ ਸਿੰਘ ਰਾਮਗੜੀ ਹੈ ਕੌਣ? ਇਹਨੂੰ ਪਤਾ ਹੀ ਨਹੀਂ, ਜਾਕੇ ਦੋ ਕਿਤਾਬਾਂ ਦੋ ਅੱਖਰ ਪੜ੍ਹ ਲੈਣੇ ਚਾਹੀਦੇ, ਦੋ ਅੱਖਰ ਪੜ੍ਹਨੇ ਚਾਹੀਦੇ ਆ। ਜੱਸਾ ਸਿੰਘ ਰਾਮਗੜੀ ਉਹ ਸੀ ਜਿਨ੍ਹਾਂ ਨੇ ਔਰੰਗਜ਼ੇਬ ਦੀ ਸਿੱਲ ਪੱਟ ਕੇ ਲਿਆ ਕੇ ਅੰਮ੍ਰਿਤਸਰ ਰੱਖੀ ਹੈ, ਜਿੱਥੇ ਰਾਮਗੜੀਆ ਬੁੰਗਾ ਬਣਿਆ ਹੋਇਆ। ਉਹਨਾਂ ਨੇ ਇਹ ਗੱਲ ਕਹੀ ਸੀ, ਸੁਣ ਲਾ ਹੁਣ ਮੇਰੀ ਗੱਲ, ਜਿਹੜੇ ਸਮਾਜ ਨਾਲ ਤੂੰ ਪੰਗਾ ਲੈ ਲਿਆ ਮੰਤਰੀ ਜੀ, ਉਹਨਾਂ ਨੇ ਇਹ ਗੱਲ ਕਹੀ ਸੀ ਵੀ ਤੇਰਾ ਹੁਣ ਕੱਟ ਗੁਰਮੀਤ ਸਿੰਘ ਕੈਬਨਿਟ ਮੰਤਰੀ ਬਠਿੰਡੇ ਤੋਂ ਚੁਣਾਵ ਲੜ ਰਹੇ ਨੇ, ਉਹ ਵੀ ਰਾਮਗੜੀਆ ਸਮਾਜ ਤੋਂ ਨੇ। ਉਸ ਤੋਂ ਬਾਅਦ ਸ਼ਹਿਰੀ ਕਲ ਸਿੰਘ ਆ, ਉਹ ਵੀ ਰਾਮਗੜੀਆ ਸਮਾਜ ਦੇ। ਇੱਕ ਮੈਨੂੰ ਇੱਕ ਬੀਬਾ ਹੈ ਅੰਮ੍ਰਿਤਸਰ ਪੂਰਬੀ ਤੋਂ, ਸ਼ਹਿਰ ਜਿੱਤੀ ਆ, ਨਵਜੋਤ ਸਿੱਧੂ ਤੇ ਮਜੀਠੀਆ ਰਾਏ ਆ। ਹਾਂ ਜੀ, ਹਾਂ ਉਹ ਵੀ ਰਾਮਗੜੀ ਹੈ, ਪਤਾ ਲੱਗਿਆ ਰਾਮਗੜੀ ਸਮਾਜ ਦੇ। ਜੇ ਖੁਦ ਤੁਹਾਡੇ ਵਿੱਚ ਰਾਮਗੜੀ ਇੰਨੇ ਬੈਠੇ ਆ, ਰਾਮਗੜੀ ਤੋਂ ਬਿਨਾਂ ਤੁਹਾਡੀ ਸਰਕਾਰ ਨਹੀਂ ਚੱਲ ਰਹੀ, ਤੇ ਫਿਰ ਤੁਸੀਂ ਗੱਲਾਂ ਕਿਵੇਂ ਦੀਆਂ ਕਰਦੇ ਹੋ ਮੰਤਰੀ ਜੀ? ਮਜ਼ਦੂਰ ਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਲਕਾਰ ਰਾਮਗੜੀਆ ਸਵਾਗਤ ਕਰਦਾ ਹਾਂ। ਸਾਥੀਓ, ਕੱਲ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਹੈ ਬਹੁਤ ਵਾਇਰਲ ਹੋ ਰਹੀ ਹੈ, ਜੋ ਕਿ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦੀ ਹੈ। ਉਹ ਇੱਕ ਰੈਲੀ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਦੇ ਜਿਹੜੇ ਬੋਲ ਹੈ ਉਹ ਬਹੁਤ ਵਿਗੜੇ ਨੇ। ਬੋਲ ਕੀ ਵਿਗੜੇ ਨੇ? ਉਹਨਾਂ ਨੇ ਰਾਮਗੜੀਆ ਸਮਾਜ ਤੇ ਸੁਨਿਆਰਾ ਸਮਾਜ ਭਾਈਚਾਰਾ ਬਾਰੇ ਬਹੁਤ ਅਪਸ਼ਬਦ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਨੇ। ਤੁਹਾਡਾ ਕਿਸੇ ਨਾਲ ਵਿਅਕਤੀਗਤ ਵਿਰੋਧ ਹੋ ਸਕਦਾ ਹੈ, ਪਰ ਕਿਸੇ ਵੀ ਸਮਾਜ ਨੂੰ ਨਿੱਜੀ ਤਰ੍ਹਾਂ ਟਾਰਗੇਟ ਕਰਨਾ ਜੋ ਕਿ ਸਹੀ ਨਹੀਂ ਹੈ। ਤੇ ਆਓ ਇਸ ਮਸਲੇ ਤੇ ਗੱਲ ਕਰਦੇ ਹਾਂ, ਸਾਡੇ ਨਾਲ ਡਾਕਟਰ ਅਮਰਜੀਤ ਚਾਨੀ ਜੀ ਮੌਜੂਦ ਹਨ। ਹਾਂਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਤੁਹਾਡੇ ਜਿਹੜੇ ਜਿੰਨੇ ਵੀ ਸਾਥੀ ਮਜ਼ਦੂਰ ਬਾਣੀ ਟੀਵੀ ਦੇਖ ਰਹੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੂੰ ਮੇਰੇ ਉਹਨੀ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਹੜੀ ਹੁਣ ਤੁਸੀਂ ਗੱਲ ਕੀਤੀ ਆ, ਉਸ ਗੱਲ ਤੇ ਅਗਰ ਆਪਾਂ ਚਰਚਾ ਕਰੀਏ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਇਹਦਾ ਨਾਮ ਕੀ ਹੈ ਨਾ, ਲਾਲਜੀਤ ਭੁੱਲਰ ਮੰਤਰੀ ਜਿਹੜੇ ਪੰਜਾਬ ਤੋਂ ਕੈਬਨਿਟ ਮੰਤਰੀ ਸੀ, ਜੀ ਜੀ, ਤੋ ਇਹਨਾਂ ਨੂੰ ਇਹ ਸ਼ੋਭਾ ਹੀ ਨਹੀਂ ਦਿੰਦਾ ਵੀ ਕਿਸੇ ਵੀ ਸਮਾਜ ਦੇ ਪ੍ਰਤੀ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਕਰਨਾ। ਕੋਈ ਉਹਨਾਂ ਦੇ ਅਗਰ ਕਿਸੇ ਨਾਲ ਕੋਈ ਵਿਅਕਤੀਗਤ ਰੌਲਾ ਤਾਂ ਉਹਦਾ ਨਾਮ ਲੈ ਕੇ ਗੱਲ ਕਰ ਸਕਦੇ ਅਗਰ ਉਹਨਾਂ 'ਚ ਹਿੰਮਤ ਹੈ ਤਾਂ। ਕਿਸੇ ਵੀ ਸਮਾਜ ਨੂੰ ਪੂਰੀ ਤਰ੍ਹਾਂ ਟਾਰਗੇਟ ਕਰਨਾ ਇਹ ਕਦੇ ਵੀ ਉਚਿਤ ਨਹੀਂ ਆ। ਪਰ ਦੂਸਰੀ ਗੱਲ, ਜੋ ਉਹ ਸਮਾਜ ਨੂੰ ਮਤਲਬ ਟਾਰਗੇਟ ਕਰ ਰਿਹਾ, ਜਿਹੜੇ ਦੋ ਸਮਾਜ ਰਾਮਗੜੀਆ ਮਿਸਤਰੀ ਸਮਾਜ ਤੇ ਸੁਨਾਰ ਸਮਾਜ, ਜਿਨ੍ਹਾਂ ਦੇ ਬਿਨਾਂ ਆਪਣੀ ਪ੍ਰਕਿਰਤੀ ਆਪਣੀ ਸ੍ਰਿਸ਼ਟੀ ਚੱਲਦੀ ਹੀ ਨਹੀਂ। ਉਹ ਕਿਉਂਕਿ ਉਹਦੇ ਮੈਂ ਤੁਹਾਨੂੰ ਗੱਲ ਦੱਸਾਂ ਕਿ ਬੱਚਾ ਜਦੋਂ ਜਨਮ ਲੈਂਦਾ ਉਦੋਂ ਵੀ ਉਸਨੂੰ ਤਰਖਾਣ ਦੀ ਵੀ ਜ਼ਰੂਰਤ ਪੈਂਦੀ ਹੈ ਤੇ ਉਸਨੂੰ ਸੁਨਾਰ ਦੀ ਵੀ ਜ਼ਰੂਰਤ ਪੈਂਦੀ ਹੈ, ਕਿਉਂਕਿ ਜਦੋਂ ਬੱਚਾ ਜਨਮ ਲਊਗਾ ਤਾਂ ਇਹ ਹਿਸਾਬ ਲਾ ਲਓ ਵੀ ਉਹਨੂੰ ਤੜਾਕੀ ਦੀ ਜ਼ਰੂਰਤ ਦਾ, ਤੜਾਕੀ ਕੌਣ ਬਣਾਊਗਾ? ਦੱਸੋ ਕੌਣ ਬਣਾਊਗਾ? ਸੁਨਿਆਰ ਭਾਈਚਾਰਾ, ਸੁਨਿਆਰ ਭਾਈਚਾਰਾ ਬਣਾਊਗਾ ਨਾ, ਤੋ ਉਹ ਕੋਈ ਦੂਜਾ ਤਾਂ ਬਣਾ ਹੀ ਨਹੀਂ ਸਕਦਾ ਗਾ। ਤੋ ਇਹਦਾ ਮਤਲਬ ਸੁਨਿਆਰ ਦੀ ਸਭ ਤੋਂ ਪਹਿਲਾਂ ਸੁਨਿਆਰ ਦੀ ਜ਼ਰੂਰਤ ਪਈ, ਉਸ ਤੋਂ ਬਾਅਦ ਉਹਨੂੰ ਨਵਾਉਣ ਵਾਸਤੇ ਬੱਚੇ ਨੂੰ ਨਵਾਉਣ ਵਾਸਤੇ ਪਲੜਾ ਕੌਣ ਬਣਾਊਗਾ? ਮਿਸਤਰੀ ਭਰਾ ਬਣਾਉਣਗੇ, ਰਾਮਗੜੀਆ ਸਮਾਜ ਬਣਾਊਗਾ। ਬਿਲਕੁਲ। ਔਰ ਉਸ ਤੋਂ ਬਾਅਦ ਜਦੋਂ ਉਹ ਜਵਾਨ ਹੋ ਜਾਊਗਾ, ਔਰ ਜਵਾਨ ਹੋਣ ਤੋਂ ਬਾਅਦ ਜਦੋਂ ਉਹਦਾ ਵਿਆਹ ਹੋਊਗਾ ਤੇ ਨਾਨਕੇ ਜਿਹੜੇ ਪਟੜੇ ਤੋਂ ਉਹਨੂੰ ਲਾਉਂਦੇ ਆ ਜੀ, ਉਹ ਪਟੜਾ ਕੌਣ ਬਣਾਉਂਦਾ? ਰਾਮਗੜੀਆ ਸਮਾਜ, ਰਾਮਗੜੀਆ ਸਮਾਜ ਬਣਾਉਂਦਾ। ਤੇ ਜਿਹੜਾ ਲਾਲਜੀਤ ਭੁੱਲਰ ਹੈ ਉਹ ਇੰਨਾ ਹੀ ਬੇਅਕਲ ਹੈ,
ਵੀ ਉਹਨੂੰ ਇੰਨੀ ਅਕਲ ਹੈ ਨੀ ਵੀ ਇਹ ਦੋ ਸਮਾਜ ਬਿਨਾਂ ਤਾਂ ਸ੍ਰਿਸ਼ਟੀ ਨੀ ਚੱਲਦੀ। ਉਸ ਤੋਂ ਅੱਗੇ ਜੇ ਆਪਾਂ ਵਧਾਂਗੇ ਤਾਂ ਇਹ ਦੇਖੋ ਜਦੋਂ ਕਿਸੇ ਦੀ ਵੀ ਡੈਥ ਹੁੰਦੀ ਹੈ ਚਾਹੇ ਕਿਸੇ ਵੀ ਸਮਾਜ ਤੋਂ ਕਿਉਂ ਨਾ ਹੋਵੇ, ਉਹਨਾਂ ਦੀ ਡੈਥ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਸੰਸਕਾਰ ਹੋ ਜਾਂਦਾ ਤੇ ਉਹਨਾਂ ਦੀਆਂ ਹੱਡੀਆਂ ਜਿਹੜੀਆਂ ਇਕੱਠੀਆਂ ਕਰਦੇ ਆ, ਫੌੜਾ ਜਿਹੜਾ ਆਪਾਂ ਫੌੜੀ ਬੋਲ ਦਿੰਦੇ ਆ, ਉਹਨੂੰ ਬਣਾਉਣ ਦਾ ਕੰਮ ਵੀ ਕੋਈ ਨਾ ਕੋਈ ਮਿਸਤਰੀ ਹੀ ਕਰਦਾ। ਬਿਲਕੁਲ, ਮਿਸਤਰੀਆਂ ਬਿਨਾਂ ਤਾਂ ਕੁਛ ਹੋ ਹੀ ਨੀ ਸਕਦਾ ਸ੍ਰਿਸ਼ਟੀ ਦੇ ਉੱਪਰ, ਔਰ ਇਹ ਬੰਦਾ ਮਿਸਤਰੀਆਂ ਨੂੰ ਟਾਰਗੇਟ ਕਰਦਾ ਇਸ ਤਰ੍ਹਾਂ ਹੱਥ ਮਾਰ ਮਾਰ ਕੇ। ਜਿਹੜੇ ਮੇਜ ਤੇ ਉਹ ਗੱਲ ਕਰਦਾ, ਉਹ ਮੇਜ ਕਿਹਨੇ ਬਣਾਇਆ? 48 ਦੁਕਾਨ ਦੀ ਗੱਲ ਕਰਦਾ, 48 ਦੁਕਾਨ ਕਿਹਨੇ ਬਣਾਈ ਉਹਦੀ? 48 ਦੁਕਾਨ ਬਣਾਈ ਕਿਹਨੇ? ਮਿਸਤਰੀਆਂ ਨੇ। ਕੋਠੀ ਕਿਹਨੇ ਬਣਾਈ ਉਹਦੀ? ਕੋਠੀ ਉਹ ਵੀ ਮਿਸਤਰੀਆਂ ਨੇ ਬਣਾਈ। ਮਿਸਤਰੀਆਂ ਤੋਂ ਬਿਨਾਂ ਕਿਵੇਂ ਉਹ ਕੋਠੀ ਬਣਾ ਸਕਦੇ ਆ? ਗੱਲ ਇਹ ਹੈ ਕਿ ਮਤਲਬ ਕਿਸੇ ਵੀ ਕੌਮ ਚੋਂ ਆ ਕੇ ਮਿਸਤਰੀ ਬਣ ਸਕਦਾ ਹੈ, ਪੂਰਾ ਓਬੀਸੀ ਸਮਾਜ ਮਿਸਤਰੀ ਬਣੇ ਹੋਏ ਨੇ ਅੱਜ ਕੱਲ੍ਹ। ਕਿਹਨੂੰ ਕਵਾਂਗੇ ਆਪਾਂ? ਇਹਦਾ ਮਤਲਬ ਉਹਨੇ ਇਕੱਲੇ ਉਸ ਨੂੰ ਹੀ, ਹੁਣ ਜਿਹੜੇ ਦੂਸਰੇ ਸਮਾਜ ਦੇ ਸਭ ਲੋਕ ਕੰਮ ਕਰਨ ਲੱਗੇ ਨੇ, ਫਰਨੀਚਰ ਗ੍ਰਾਫਿਕ ਸਮਾਜ ਹੈ, ਬੇਸਿਕ ਸਮਾਜ ਹੈ, ਹੋਰ ਵੀ ਬਹੁਤ ਸਮਾਜ ਨੇ, ਇਹਦਾ ਮਤਲਬ ਉਹ ਸਾਰੇ ਸਮਾਜ ਨੂੰ ਟਾਰਗੇਟ ਕੀਤਾ ਗਿਆ ਓਬੀਸੀ ਦੇ ਪੂਰੇ ਸਮਾਜ ਨੂੰ, ਉਹਨਾਂ ਜਿੰਨਾ ਵੀ ਮਿਸਤਰੀ ਭਾਈਚਾਰਾ ਜੀ, ਉਹਦੇ ਵਿੱਚ ਚਾਹੇ ਉਹ ਰਾਮਗੜੀ ਹੈ, ਚਾਹੇ ਉਹ ਰਾਜ ਸਿੱਖ ਹੈ, ਚਾਹੇ ਉਹ ਕੰਬੋਜ ਬਰਾਦਰੀ ਹੈ, ਚਾਹੇ ਉਹ ਕੰਬੋਜ ਬਰਾਦਰੀ ਹੈ, ਕਿਉਂਕਿ ਕੰਬੋਜ ਬਰਾਦਰੀ ਬਹੁਤ ਸਾਰੀ ਵਿਸ਼ਕਰਮਾ ਦੇ ਨਾਲ ਜੁੜੀ ਹੋਈ ਹੈ। ਤੋ ਇਹ ਜਿੰਨੇ ਵੀ ਸਮਾਜ, ਲੋਹਾਰ ਸਮਾਜ ਹੈ, ਇਹ ਵੀ ਕਿਤੇ ਨਾ ਕਿਤੇ ਰਾਮਗੜੀਆ ਸਮਾਜ ਨਾਲ, ਸਾਰੀਆਂ ਦੀਆਂ ਸਾਰੀਆਂ ਹੀ ਮਿਸਤਰੀ ਸਮਾਜ ਦੇ ਨਾਲ ਜੁੜੀਆਂ ਹੋਈਆਂ। ਇਹਦਾ ਮਤਲਬ ਇਸ ਬੰਦੇ ਨੇ ਪੂਰੇ ਹੀ ਮਤਲਬ ਸਮਾਜ ਨੂੰ ਗਾਲ ਕੱਢੀ ਹੈ। ਬਿਲਕੁਲ, ਇਹ ਇਹਦੇ ਵਾਸਤੇ ਬਹੁਤ ਹੀ ਨਿੰਦਣੀਆਂ ਹੈ ਔਰ ਬਹੁਤ ਹੀ ਇਹਨੇ ਅਪਸ਼ਬਦ ਬੋਲੇ ਆ। ਔਰ ਇਹ ਬੰਦੇ ਨੇ ਅਗਰ ਪੂਰੇ ਸਮਾਜ ਤੋਂ ਮਾਫ਼ੀ ਨਾ ਮੰਗੀ ਤਾਂ ਆਉਣ ਵਾਲੇ ਸਮੇਂ ਦੇ ਬਹੁਤ ਭੈੜੇ ਨਤੀਜੇ ਦੇਖਣ ਨੂੰ ਮਿਲਣਗੇ। ਤੇ ਮੈਂ ਲਾਲਜੀਤ ਭੁੱਲਰ ਜੀ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ, ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜਦੋਂ ਕਿਸੇ 8-10 ਕਿੱਲੇ ਵਾਲੇ ਛੋਟੇ ਜ਼ਿਮੀਂਦਾਰ ਨੂੰ ਕੁੜੀ ਦਾ ਵਿਆਹ ਰੱਖਿਆ ਹੁੰਦਾ ਨਾ ਉਹਨੇ, ਉਹਨੂੰ ਜਾ ਕੇ ਪੁੱਛੋ, ਉਹ ਜਦੋਂ ਸੁਨਹਿਰਾ ਦੇ ਘਰੇ ਜਾਂਦਾ ਨਾ ਤੇ ਸੁਨਹਿਰਾ ਕੋਲ ਕਹਿ ਦਿੰਦੇ ਨੇ ਕੋਈ ਗੱਲ ਨੀ, ਤੇਰੇ ਕੋਲ ਜਿੰਨੇ ਹੈਗੇ ਦੇ ਦੇ, ਬਾਕੀ ਸੋਨ ਲੈ ਜਾ, ਤੂੰ ਕੁੜੀ ਦਾ ਵਿਆਹ ਭੁਗਤਾ। ਨਹੀਂ, ਉਹ ਗੱਲ ਬਿਲਕੁਲ ਤੁਹਾਡੀ ਠੀਕ ਹੈ, ਉਹ ਲੋਕ ਖੜਦੇ ਨੇ ਸਾਡੇ ਦੁੱਖ ਸੁੱਖ ਦੇ ਵਿੱਚ, ਮਿਸਤਰੀ ਵੀ ਖੜਦੇ ਆ, ਸੁਨਾਰ ਵੀ ਖੜਦੇ ਆ। ਮਿਸਤਰੀਆਂ ਦੇ ਨਾਲ ਕੀ ਹੁੰਦਾ? ਜਦੋਂ ਤੁਸੀਂ ਕੋਠੀ ਬਣਾਉਣੀ ਹੈ, ਕੀ ਉਹਨੂੰ ਐਡਵਾਂਸ 'ਚ ਪੈਸੇ ਦੇ ਦਿੰਦੇ ਕੋਠੀ ਦੇ? ਨਹੀਂ, ਜੇ ਕਿਸੇ ਗਰੀਬ ਨੇ ਕੋਈ ਮਕਾਨ ਬਣਾਉਣਾ ਤੇ ਮੈਂ ਇਹ ਦੇਖਿਆ ਗਰੀਬ ਦਾ ਮਕਾਨ ਬਣਾ ਕੇ ਮਿਸਤਰੀ ਚਲਾ ਜਾਂਦਾ ਔਰ ਮਿਸਤਰੀ ਨੂੰ ਉਹ ਜਿਹੜਾ ਪਰਿਵਾਰ ਹੈ ਘੱਟੋ ਘੱਟ 6 ਮਹੀਨੇ ਸਾਲ ਬਾਅਦ ਉਹਦੀ ਪੇਮੈਂਟ ਹੁੰਦੀ ਹੈ, ਪੈਸੇ ਆਉਂਦੇ ਆ। ਤੋ ਅਗਰ ਕੋਈ ਵੱਡਾ ਆਦਮੀ, ਚਾਹੇ ਭੁੱਲਰ ਨਹੀਂ ਕੋਠੀ ਕਿਉਂ ਨਾ ਬਣਾਈ ਹੋਵੇ, ਮੈਂ 100% ਗਰੰਟੀ ਨਾਲ ਕਹਿਣਾ ਵੀ ਇਹਨੇ ਵੀ ਐਡਵਾਂਸ ਪੈਸੇ ਨਹੀਂ ਦਿੱਤੇ ਹੋਣਗੇ। ਬਿਲਕੁਲ, ਇਹਨੇ ਵੀ ਉਹਨੂੰ ਘੱਟੋ ਘੱਟ 1-2 ਸਾਲ ਲਮਕਾ ਕੇ ਪੈਸੇ ਦਿੱਤੇ। ਜਿੱਦਣ ਵਿਆਹ ਕਰਦੇ ਆ ਅਸੀਂ ਧੀਆਂ ਦਾ, ਜੇ ਪੁੱਤਰਾਂ ਦਾ ਵਿਆਹ ਕਰਦੇ ਆ, ਫਰਨੀਚਰ ਉਹਦਾ ਫਰਨੀਚਰ ਕੌਣ ਬਣਾਉਂਦਾ? ਉਹ ਵੀ ਮਿਸਤਰੀ ਬਣਾਉਂਦਾ ਹਰ ਖੁਸ਼ੀ ਦੇ ਵਿੱਚ ਸਰੀਕ ਤੇ ਫਿਰ। ਮੈਂ ਉਹੀ ਗੱਲ ਕੀਤੀ ਹੈ ਬਲਕਾਰ ਜੀ ਕਿ ਜਿਹੜਾ ਆਪਣਾ ਸ੍ਰਿਸ਼ਟੀ ਹੈ, ਸ੍ਰਿਸ਼ਟੀ ਰਾਮਗੜੀਏ ਮਿਸਤਰੀ ਬਿਨਾਂ ਔਰ ਸੁਨਾਰ ਬਿਨਾਂ ਲੋਹਾਰ ਬਿਨਾਂ ਚੱਲ ਹੀ ਨਹੀਂ ਸਕਦੀ, ਕਿਉਂਕਿ ਹਰ ਥਾਂ ਤੇ ਇੱਕ ਜਿਹੜਾ ਹੱਥ ਦਾ ਕਾਰੀਗਰ ਹੈ ਉਹ ਮਿਸਤਰੀ ਭਾਈਚਾਰੇ ਚ ਹੀ ਆਉਂਦਾ ਹੈ। ਮਿਸਤਰੀਆਂ ਬਿਨਾਂ ਤਾਂ ਤੁਹਾਡਾ ਤਨ ਨਹੀਂ ਟਕਿਆ ਜਾ ਸਕਦਾ। ਜਿਹੜਾ ਤਨ ਟਕਣ ਵਾਸਤੇ ਤੁਸੀਂ ਕੱਪੜਾ ਪਾਉਂਦੇ ਆ, ਇਹ ਕੱਪੜਾ ਬਣਾਉਣ ਵਾਲੀ ਮਸ਼ੀਨਾਂ ਕਿਹਨੇ ਬਣਾਈਆਂ? ਮਿਸਤਰੀਆਂ ਨੇ। ਜਾਂ ਪੁਰਾਣੇ ਜਿਹੜੇ ਖੱਡੀ ਤੇ ਕੱਪੜਾ ਬੁਣਦੇ ਸੀਗੇ ਉਹ ਖੱਡੀਆਂ ਕਿਹਨੇ ਬਣਾਈਆਂ ਸੀ? ਮਿਸਤਰੀਆਂ ਨੇ। ਮਿਸਤਰੀਆਂ ਬਿਨਾਂ ਤੁਹਾਡਾ ਤਨ ਨਹੀਂ ਟਕਿਆ ਜਾਂਦਾ, ਮਿਸਤਰੀਆਂ ਬਿਨਾਂ ਤੁਸੀਂ ਜੰਮਦੇ ਨਹੀਂ, ਮਿਸਤਰੀਆਂ ਬਿਨਾਂ ਤੁਸੀਂ ਮਰਦੇ ਨਹੀਂ, ਮਿਸਤਰੀਆਂ ਬਿਨਾਂ ਤੁਹਾਡਾ ਵਿਆਹ ਨਹੀਂ ਹੁੰਦਾ ਗਾ, ਤਾਂ ਫਿਰ ਮਿਸਤਰੀਆਂ ਨੂੰ ਤੁਸੀਂ ਟਾਰਗੇਟ ਕਰਦੇ ਹੋ, ਇਹ ਕਿੱਥੋਂ ਦੀ ਗੱਲ ਤੁਹਾਨੂੰ ਸ਼ੋਭਾ ਦਿੰਦੀ ਹੈ? ਇਹ ਬਿਲਕੁਲ ਅਣਜਾਣ ਬੰਦਿਆਂ ਦਾ, ਬਿਲਕੁਲ ਵੱਧ ਬੇਹਯਾਤ ਬੰਦਿਆਂ ਦਾ ਜਿਹੜਾ ਇਹ ਕੰਮ ਹੈ, ਜਿਹੜਾ ਕਿ ਕਿਸੇ ਵੀ ਸਮਾਜ ਨੂੰ ਟਾਰਗੇਟ ਕਰਨਾ। ਅਗਰ ਲਾਲਜੀਤ ਭੁੱਲਰ ਇਹ ਸੋਚਦਾ ਵੀ ਮੈਂ ਮਿਸਤਰੀ ਭਰਾ ਬਿਨਾਂ, ਸੁਨਾਰ ਭਰਾ ਬਿਨਾਂ ਜਾਂ ਲੋਹਾਰ ਜਿੰਨੇ ਵੀ ਇਹ ਸਾਡੇ ਵਿਸ਼ਕਰਮਾ ਦੇ ਨਾਲ ਜੁੜੇ ਹੋਏ ਲੋਕ ਆ ਉਹਨਾਂ ਬਿਨਾਂ ਸਾਰ ਸਕਦਾ, ਜਾਂ ਉਹਨਾਂ ਨੂੰ ਇਹ ਕਹਿੰਦਾ ਵੀ ਉਹਨਾਂ ਬਿਨਾਂ ਮੈਂ ਸਾਰ ਲੂੰਗਾ ਤਾਂ ਸਾਰ ਕੇ ਦਿਖਾਵੇ, ਮੈਂ ਸਾਡੇ ਸਮਾਜ ਦੇ ਜਿੰਨੇ ਵੀ ਲੋਕ ਆ ਉਹਨਾਂ ਨੂੰ ਇੱਕ ਅਪੀਲ ਜ਼ਰੂਰ ਕਰੂੰਗਾ ਕਿ ਇਹ ਆਪੋ ਆਪਣੀਆਂ ਵੀਡੀਓ ਬਣਾ ਕੇ ਆਪਣੇ ਆਪਣੇ ਸਵਾਲ ਕਰਨ ਇਸ ਲਾਲਜੀਤ ਭੁੱਲਰ ਨੂੰ, ਜਦੋਂ ਉਹਨਾਂ ਦੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਵੇ ਨਾ, ਉਸ ਟਾਈਮ ਉਹਨੂੰ ਸਵਾਲ ਕਰਨ ਵੀ ਬਾਈ ਸਾਹਿਬ ਤੂੰ ਰਾਮਗੜੀਆ ਸਮਾਜ ਨੂੰ, ਤੁਸੀਂ ਮਿਸਤਰੀ ਸਮਾਜ ਨੂੰ, ਤੁਸੀਂ ਸਾਡੇ ਭਾਈਚਾਰੇ ਨੂੰ ਵਿਗਾੜਨ ਵਾਸਤੇ ਤੁਸੀਂ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹੋ, ਇਹ ਕਿੱਡੀ ਸ਼ੋਭਾ ਵਾਲੀ ਗੱਲ ਹੈ।
ਔਰੰਗਜ਼ੇਬ ਦੀ ਸਿੱਲ ਪੱਟ ਕੇ ਲਿਆ ਕੇ ਅੰਮ੍ਰਿਤਸਰ ਅੰਮ੍ਰਿਤਸਰ ਰੱਖੀ ਹੈ, ਜਿੱਥੇ ਰਾਮਗੜੀਆ ਬੁੰਗਾ ਬਣਿਆ ਹੋਇਆ। ਉਹਨਾਂ ਨੇ ਇਹ ਗੱਲ ਕਹੀ ਸੀ ਸੱਲਾ, ਹੁਣ ਮੇਰੀ ਗੱਲ, ਜਿਹੜੇ ਸਮਾਜ ਨੇ ਤੂੰ ਪੰਗਾ ਲੈ ਲਿਆ ਮੰਤਰੀ ਜੀ, ਉਹਨਾਂ ਨੇ ਇਹ ਗੱਲ ਕਹੀ ਸੀ ਵੀ ਤੇਰਾ ਹੁਣ ਤਖਤ ਪੰਜਾਬ ਦੇ ਅੰਦਰ। ਜਿਹੜੀ ਗੱਲ ਲਾਲਜੀਤ ਭੁੱਲਰ ਨੇ ਕਹੀ ਆ ਉਸ ਗੱਲ ਦੇ, ਕਿਉਂਕਿ ਸਾਡੇ ਜਿੰਨੇ ਵੀ ਸਾਡਾ ਭਾਈਚਾਰਾ ਕਰੀਬਨ ਕਰੀਬਨ ਉਹਨਾਂ ਨਾਲ ਗੱਲ ਹੁੰਦੀ ਆ ਆਪਣੇ। ਦੇਖੋ ਆਪਾਂ ਸਮਾਜ ਨਾਲ ਜੁੜੇ ਹੋਏ ਆ, ਹਰਿਆਣਾ ਤੇ ਪੰਜਾਬ ਕੋਈ ਦੂਰ ਨਹੀਂ, ਆਪਾਂ ਸਰਸੇ ਜ਼ਿਲ੍ਹੇ ਚ ਬੈਠੇ ਆ, ਆਪਾਂ ਬਿਲਕੁਲ ਪੰਜਾਬ ਦੇ ਬਾਰਡਰ ਦੇ ਉੱਤੇ ਆ। ਆਪਣੀਆਂ ਜ਼ਿਆਦਾਤਰ ਰਿਸ਼ਤੇਦਾਰੀਆਂ ਆਪਣੇ ਪੰਜਾਬ ਚ, ਆਪਣੇ ਉੱਥੇ ਮੁੰਡੇ ਵੀ ਗਏ, ਆਪਣੇ ਉੱਥੇ ਕੁੜੀਆਂ ਵੀ ਗਈਆਂ, ਆਪਣੇ ਉੱਥੇ ਭੂਆ ਵੀ, ਆਪਣੀਆਂ ਮਾਸੀਆਂ ਵੀ ਆ, ਚਾਚੇ ਤਾਏ, ਕਰੀਬਨ ਕਰੀਬਨ ਪੰਜਾਬ ਦੇ ਨਾਲ ਆਪਣਾ ਸੰਬੰਧ ਹੈ। ਮੇਰਾ ਸਾਰਾ ਪਰਿਵਾਰ ਫਰੀਦਕੋਟ ਹਲਕੇ ਚ ਬੈਠਾ ਜੀ, ਘੱਟ ਤੋਂ ਘੱਟ 2000 ਵੋਟ ਮੇਰੇ ਪਰਿਵਾਰ ਦੀ ਹੈ। ਤੋ ਉਹਨਾਂ ਨਾਲ ਜਦੋਂ ਅੱਜ ਸਿਰ ਸਿਰੇ ਵੀਡੀਓ ਦੇਖਿਆ ਬਲਕਾਰ ਜੀ ਉਹਨਾਂ ਨਾਲ ਜਦੋਂ ਗੱਲ ਹੋਈ ਤਾਂ ਉਹ ਵੀ ਬੜਾ ਰੋਸ਼ ਵਿਅਕਤ ਕੀਤਾ ਉਹਨਾਂ ਨੇ ਇਸ ਗੱਲ ਤੇ। ਉਹ ਕਹਿੰਦੇ ਵੀ ਇੱਕ ਵਾਰੀ ਆਮ ਆਦਮੀ ਪਾਰਟੀ ਵਾਲੇ ਸਾਡੇ ਪਿੰਡਾਂ 'ਚ ਤਾਂ ਹੁਣ ਇੱਕ ਵਾਰੀ ਅਸੀਂ ਉਹਨਾਂ ਨੂੰ ਸਵਾਲ ਕਰਾਂਗੇ ਵੀ ਤੁਸੀਂ ਕਿਵੇਂ ਕਿਸੇ ਸਮਾਜ ਨੂੰ ਟਾਰਗੇਟ ਕਰ ਸਕਦੇ ਹੋ। ਤੋ ਅਗਰ ਇਹ ਹਾਲਾਤ ਦੇ ਉੱਤੇ ਅਗਰ ਇਹਨੇ ਮਾਫ਼ੀ ਨਾ ਮੰਗੀ, ਅਸੀਂ ਇਹ ਕਹਾਂਗੇ ਉਹ ਅੰਮ੍ਰਿਤਸਰ ਜਾ ਕੇ ਗੁੰਗਾ ਸਾਹਿਬ ਦੇ ਉੱਤੇ ਖੜ ਕੇ ਮਾਫ਼ੀ ਜਿੰਨਾ ਚਿਰ ਨਹੀਂ ਮੰਗੂਗਾ ਤਾਂ ਰਾਮਗੜੀਆ ਸਮਾਜ, ਮਿਸਤਰੀ ਸਮਾਜ, ਜਿਹੜਾ ਵੀ ਬੰਦਾ ਮਿਸਤਰੀ ਭਾਈਚਾਰੇ ਨਾਲ ਸੰਬੰਧ ਰੱਖਦਾ, ਚਾਹੇ ਉਹ ਜਾਤੀ ਕੋਈ ਵੀ ਹੋਵੇ, ਕਿਉਂਕਿ ਜਾਤੀ ਅੱਜ ਕੱਲ੍ਹ, ਕਿਉਂਕਿ ਜਾਤੀ ਕੋਈ ਮਾਇਨਾ ਨਹੀਂ ਰੱਖਦੀ, ਕੰਮ ਮਾਇਨਾ ਰੱਖਦਾ, ਕਰਮ ਮਾਇਨਾ ਰੱਖਦਾ, ਕਰਮ ਨਾਲ ਪਹਿਚਾਣ ਬਣਦੀ ਹੈ। ਜਿਹੜਾ ਬੰਦਾ ਚਾਹੇ ਰਾਜਸਿਕ ਹੈ, ਅਗਰ ਉਹਦੇ ਹੱਥ 'ਚ ਤੇਸੀ ਕਰੰਡੀ ਹੈ ਤਾਂ ਮਿਸਤਰੀ ਮਿਸਤਰੀ ਹੀ ਕਹਿੰਦੇ ਆਪਾਂ। ਅਗਰ ਜਾਤਸਿਕ ਹੈ ਉਹਦੇ ਹੱਥ 'ਚ ਤੇਸੀ ਕਰੰਡੀ ਹੈ ਤਾਂ ਉਹਨੂੰ ਕੀ ਕਹਿੰਦੇ, ਉਹਨੂੰ ਮਿਸਤਰੀ ਕਹਿੰਦੇ ਆ। ਅਗਰ ਕੋਈ ਲੋਹਾਰ ਹੈ, ਅਗਰ ਉਹਦੇ ਹੱਥ 'ਚ ਹਥਿਆਰ ਹੈ ਤਾਂ ਉਹਨੂੰ ਆਪਾਂ ਕੀ ਕਹਿੰਦੇ, ਮਿਸਤਰੀ ਹੈ। ਦੋ ਜਿਹੜੇ ਸੁਨਾਰ ਹੈ, ਸੁਨਾਰ ਵੀ ਇੱਕ ਤਰ੍ਹਾਂ ਦੇ ਮਿਸਤਰੀ ਹੈ, ਹੱਥ ਦੀ ਕਲਾਕਾਰੀ ਕਰਦੇ ਆ। ਦੋ ਇਹ ਸਾਰੇ ਦੇ ਸਾਰੇ, ਇਹਦਾ ਬਹੁਤ ਵੱਡਾ ਸਮਾਜ ਹੈ ਸਾਡਾ, ਬਹੁਤ ਮਤਲਬ ਸਾਡਾ ਵੋਟ ਸ਼ੇਅਰ ਬਹੁਤ ਜ਼ਿਆਦਾ ਹੈ। ਤੇ ਇੱਕ ਸਵਾਲ ਹੋਰ ਹੈ ਮੇਰਾ, ਆਪਣੇ ਵਿਧਾਨ ਸਭਾ ਪੰਜਾਬ ਦੇ ਜਿਹੜੇ ਸਪੀਕਰ ਹੈ ਸੰਧਵਾ ਸਾਹਿਬ, ਉਹ ਵੀ ਰਾਮਗੜੀਆ ਸਮਾਜ ਤੋਂ ਹੈ। ਤੂੰ ਐਂ ਤਾਂ ਫਿਰ ਤੁਸੀਂ ਦੱਸ ਰਹੇ ਸੀ ਜਿਹੜੀ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ, ਉਹ ਵੀ ਜਿੰਦੇ ਤੋਂ ਚੁਣਾਵ ਲੜ ਰਹੇ ਨੇ, ਉਹ ਵੀ ਰਾਮਗੜੀਆ ਸਮਾਜ ਤੋਂ ਨੇ। ਉਸ ਤੋਂ ਬਾਅਦ ਇੱਕ ਸ਼ੈਰੀ ਕਲਸੀ ਹੈ, ਉਹ ਵੀ ਰਾਮਗੜੀਆ ਸਮਾਜ ਤੋਂ। ਇੱਕ ਮੈਨੂੰ ਇੱਕ ਬੀਬਾ ਹੈ, ਉਹ ਅੰਮ੍ਰਿਤਸਰ ਪੂਰਬੀ ਤੋਂ ਸ਼ਾਇਦ ਜਿੱਤੀ ਆ, ਹੋਈ ਹੋਈ ਹੈ, ਨਵਜੋਤ ਸਿੱਧੂ ਤੇ ਮਜੀਠੀਆ ਰਾਏ ਹੈ। ਹਾਂ ਜਿਹਨੇ, ਹਾਂ ਉਹ ਵੀ ਰਾਮਗੜੀ, ਪਤਾ ਲੱਗਿਆ ਰਾਮਗੜੀ ਸਮਾਜ ਜਿੱਤੀ। ਜੇ ਖੁਦ ਤੁਹਾਡੇ ਵਿੱਚ ਰਾਮਗੜੀ ਇੰਨੇ ਬੈਠੇ, ਰਾਮਗੜੀ ਤੋਂ ਬਿਨਾਂ ਤੁਹਾਡੀ ਸਰਕਾਰ ਨਹੀਂ ਚੱਲ ਰਹੀ, ਤੇ ਫਿਰ ਤੁਸੀਂ ਗੱਲਾਂ ਕਿਵੇਂ ਦੀਆਂ ਕਰਦੇ ਹੋ ਮੰਤਰੀ ਜੀ? ਇਹ ਮੰਤਰੀ ਜੀ, ਇਹਨਾਂ ਗੱਲਾਂ ਦਾ ਤੁਹਾਨੂੰ ਸਪਸ਼ਟੀਕਰਨ ਦੇਣਾ ਪਊਗਾ, ਬਿਲਕੁਲ ਦੇਣਾ ਪਏਗਾ। ਔਰ ਅਗਰ ਇਹ ਸਪਸ਼ਟੀਕਰਨ ਨਹੀਂ ਦੇਣਗੇ ਤਾਂ ਆਉਣ ਵਾਲੇ ਸਮੇਂ ਤੋਂ ਆਹ ਇਲੈਕਸ਼ਨ ਕੋਈ ਜ਼ਿਆਦਾ ਦੂਰ ਨਹੀਂ ਗਏ, ਬਿਲਕੁਲ ਨੇੜੇ ਆ। ਜਿਵੇਂ ਸੰਗਰੂਰ ਦੇ ਵਿੱਚ ਪਿਛਲੇ ਗੜੇ ਭਗਵੰਤ ਮਾਨ ਨਾਲ ਜਿਹੜੀ ਗੱਲ ਹੋਈ ਸੀ ਨਾ, ਸਿਮਰਨਜੀਤ ਸਿੰਘ ਮਾਨ ਨੂੰ ਲੋਕਾਂ ਨੇ ਜਿਤਾਇਆ ਸੀ, ਉਹ ਵੀ ਵਜ੍ਹਾ ਕਿਤੇ ਨਾ ਕਿਤੇ ਇਹੀ ਸੀ ਕਿ ਉਹਨਾਂ ਨੇ ਵੀ ਕਿਸੇ ਨਾ ਕਿਸੇ ਸਮਾਜ ਨੂੰ, ਕਿਸੇ ਦਾ ਦਿਲ ਦੁਖਾਇਆ ਸੀ, ਉਸ ਤੋਂ ਬਾਅਦ ਜਾ ਕੇ ਸਿਮਰਨਜੀਤ ਸਿੰਘ ਮਾਨ ਨੂੰ ਲੋਕਾਂ ਨੇ ਜਿਤਾਇਆ ਸੀ। ਉਸੇ ਤਰ੍ਹਾਂ ਅਗਰ ਰਾਮਗੜੀਆਂ ਵਾਸਤੇ ਔਰ ਸੁਨਾਰਾ ਵਾਸਤੇ ਔਰ ਜਿਹੜੇ ਇਹਨਾਂ ਨੇ ਮਿਸਤਰੀ ਸਮਾਜ ਵਾਸਤੇ ਅਪਸ਼ਬਦ ਬੋਲਿਆ, ਅਗਰ ਬੁੰਗਾ ਸਾਹਿਬ ਤੇ ਜਾ ਕੇ, ਰਾਮਗੜੀਆ ਬੁੰਗਾ ਸਾਹਿਬ ਤੇ ਜਾ ਕੇ ਅਗਰ ਮਾਫ਼ੀ ਨਾ ਮੰਗੀ ਤਾਂ ਪੰਜਾਬ ਦੇ ਵਿੱਚੋਂ ਇਹ ਸਮਝ ਲਓ ਵੀ ਆਮ ਆਦਮੀ ਪਾਰਟੀ ਦਾ 100% ਪੱਕਾ ਸਫਾਇਆ। ਅੰਤ ਦੇ ਵਿੱਚ ਤੁਸੀਂ ਲਾਲਜੀਤ ਭੁੱਲਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਾਂ ਸਾਡੇ ਮਜ਼ਦੂਰ ਬਾਣੀ ਦੇਖਣ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਆਪਣੇ ਮਜ਼ਦੂਰ ਬਾਣੀ ਚੈਨਲ ਦੇਖ ਰਹੇ ਆ ਉਹਨਾਂ ਨੂੰ ਇਕੱਲ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਹ ਵੀਡੀਓ ਹੈ, ਕਿਉਂਕਿ ਇਹ ਵੀਡੀਓ ਇਕੱਲਾ ਕੁਛ ਸਾਡੇ ਵਾਸਤੇ, ਮੇਰੇ ਵਾਸਤੇ ਜਾਂ ਬਲਕਾਰ ਵਾਸਤੇ ਨਹੀਂ ਹੈ, ਪੂਰੇ ਸਮਾਜ ਵਾਸਤੇ ਹੈ ਇਹ ਵੀਡੀਓ। ਤੇ ਇਹਨੂੰ ਬਈ ਜਿੰਨਾ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨ, ਲਾਈਕ
ਕਰਨ ਔਰ ਇਹਦੇ ਕਮੈਂਟ ਕਰਨ ਤਾਂ ਕਿ ਜਲਦੀ ਤੋਂ ਜਲਦੀ ਸੁਰਜੀਤ ਸਿੰਘ ਜਿਹੜਾ ਭੁੱਲਰ ਹੈ ਉਹਦੇ ਕੋਲੇ ਪਹੁੰਚ ਸਕੇ। ਲਾਲਜੀਤ ਹਾਂ ਸੋਰੀ ਮਾਫੀ ਚਾਹੁੰਦਾ, ਲਾਲਜੀਤ ਭੁੱਲਰ ਕੋਲੇ ਵੀਡੀਓ ਪਹੁੰਚ ਜਾਏ ਤੇ ਲਾਲਜੀਤ ਭੁੱਲਰ ਨੂੰ ਆਪਾਂ ਇਹ ਜਿਹੜਾ ਸੰਦੇਸ਼ ਇਹ ਹੈ ਕਿ 5 ਦਿਨਾਂ ਦੇ ਅੰਦਰ ਅੰਦਰ ਜੀ, ਜ਼ਿਆਦਾ ਟਾਈਮ ਨਹੀਂ ਕਿਉਂਕਿ ਇੰਨਾ ਟਾਈਮ ਦੇਖੋ ਸਮਾਜ ਬਹੁਤ ਗੁੱਸੇ ਦੇ ਵਿੱਚ ਹੈ, ਸਮਾਜ ਦੇ ਵਿੱਚ ਇਹਨਾਂ ਦੇ ਪ੍ਰਤੀ ਬਹੁਤ ਜ਼ਿਆਦਾ ਰੋਸ਼ ਹੈ, ਇੱਧਰੋਂ ਉੱਧਰੋਂ ਫੋਨ ਆ ਰਿਹਾ। ਇਹਨਾਂ ਨੂੰ ਕਹਾਂਗੇ ਇਹ ਜਿਹੜਾ 5 ਦਿਨਾਂ ਦੇ ਅੰਦਰ ਅੰਦਰ ਜਾ ਕੇ ਜਿਹੜਾ ਅੰਮ੍ਰਿਤਸਰ ਹਰਿਮੰਦਰ ਸਾਹਿਬ ਜਿਹੜਾ ਦਰਬਾਰ ਸਾਹਿਬ ਆਪਣਾ ਰਾਮਗੜੀਆ ਬੁੰਗਾ ਜਿਹੜਾ ਬਣਿਆ ਉੱਥੇ ਜਾ ਕੇ ਮਾਫੀ ਮੰਗ ਲੇ। ਅਗਰ ਨਹੀਂ ਮਾਫੀ ਮੰਗੂਗਾ 5 ਦਿਨਾਂ ਦੇ ਅੰਦਰ ਅੰਦਰ ਪੂਰੇ ਸਮਾਜ ਤੋਂ ਮਾਫੀ ਮੰਗਣੀ ਪਊਗੀ ਇਹਨੂੰ, ਅਗਰ ਨਹੀਂ ਮੰਗੂਗਾ ਤੇ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਖਿਲਾਫ਼ ਇਹਦੇ ਪੁਤਲੇ ਵੀ ਸਾੜੇ ਜਾਣਗੇ, ਇਹਦੇ ਖਿਲਾਫ਼ ਅਸੀਂ ਹਰ ਥਾਂ ਥਾਂ ਤੇ ਹਰ ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਰਾਮਗੜੀਆ ਸਮਾਜ ਬੈਠਾ ਜਿੱਥੇ ਵੀ ਮਿਸਤਰੀ ਭਾਈਚਾਰਾ ਬੈਠਾ ਉਹਨਾਂ ਨੂੰ ਕਹਿ ਕੇ ਹਰ ਪੂਰੇ ਹਿੰਦੁਸਤਾਨ ਦੇ ਵਿੱਚ ਇਹਨਾਂ ਦੇ ਖਿਲਾਫ਼ ਪਰਚੇ ਦਰਜ ਕਰਵਾਵਾਂਗੇ ਤਾਂ ਕਿ ਤਰੀਕਾਂ ਤੇ ਜਾਂਦੇ ਜਾਂਦੇ ਥੱਕ ਜਾਣ ਔਰ ਇਹਨਾਂ ਨੂੰ ਜਿਹੜਾ ਇਲੈਕਸ਼ਨ ਇਹਨਾਂ ਦਾ ਵਿਚਾਲੇ ਰਹਿ ਜੂਗਾ। ਤੋ ਇਹਨਾਂ ਨੂੰ ਇਹੀ ਬੇਨਤੀ ਆ, ਬੇਨਤੀ ਕਰਨ ਦੀ ਵੈਸੇ ਕੋਈ ਜ਼ਰੂਰਤ ਨਹੀਂ, ਇਹਨਾਂ ਨੂੰ ਇੱਕ ਹਿਦਾਇਤ ਹੈ ਇਹ ਸਾਡੇ ਕੰਨੀ ਪੂਰੇ ਰਾਮਗੜੀਆ ਸਮਾਜਕ ਨੂੰ ਹਿਦਾਇਤ ਹੈ ਕਿ ਇਹ ਜਿਹੜਾ ਬੰਦਾ ਜਾ ਕੇ ਤੁਰੰਤ ਮਾਫੀ ਮੰਗੇ ਔਰ ਸਮਾਜ ਨੂੰ ਕਿਸ ਤਰ੍ਹਾਂ ਇਹਨੇ ਆਪਦੇ ਨਾਲ ਜੋੜਨਾ ਹੈ, ਸਮਾਜ ਦੇ ਪ੍ਰਤੀ ਇਹਨੇ ਕੀ ਆਪਦੇ ਵਿਚਾਰ ਪੇਸ਼ ਕਰਨੇ ਆ ਵੀ ਸਮਾਜ ਤੋਂ ਇਹਨੇ ਮਾਫੀ ਮੰਗਣੀ ਹੈ ਜਾਂ ਸਮਾਜ ਨੂੰ ਇਹਨੇ ਕੋਈ ਆਪਦੇ ਵਿੱਚੋਂ ਆਪਦੇ ਪੱਲਿਓਂ ਕੋਈ ਸੰਦੇਸ਼ ਦੇਣਾ ਤਾਂ ਉਹ ਆਪਦੇ ਪੱਲਿਓਂ ਸੰਦੇਸ਼ ਦੇਵੇ ਤੇ ਨਾ ਕਿ ਸਾਡੇ ਕਹਿਣ ਤੇ ਕੋਈ ਮਤਲਬ ਇਹ ਅਸੀਂ ਨੀ ਕਹਿੰਦੇ ਵੀ ਮਾਫੀ ਮੰਗੇ, ਹੁਣ ਇਹਨੇ ਦੇਖਣਾ ਕੀ ਕਰਨਾ ਹੈਗਾ ਵੀ ਇਹ ਕੀ ਕਰਨਾ ਬਿਲਕੁਲ, ਕਿਉਂਕਿ ਅਸੀਂ ਕੌਣ ਹੁੰਦੇ ਹਾਂ ਮਾਫੀ ਮੰਗਾਉਣ ਵਾਲੇ। ਜੇ ਇਹ ਮਤਲਬ ਅਸੀਂ ਸੰਦੇਸ਼ ਇਹਦੇ ਤੇ ਪਹੁੰਚਾਤਾ ਅੱਗੇ ਕਰਨ ਵਾਲਾ ਉਹ ਵਾਹਿਗੁਰੂ ਹੈ, ਸੱਚੇ ਪਾਤਸ਼ਾਹ, ਉਹ ਸੱਚੇ ਪਾਤਸ਼ਾਹ ਨੇ ਨਿਤਾਰਾ ਆਪੇ ਕਰ ਦੇਣਾ ਵੀ ਜਿਹੜਾ ਬੰਦਾ ਕਿਸੇ ਵੀ ਸਮਾਜ ਦੇ ਪ੍ਰਤੀ ਅਗਰ ਕੋਈ ਗਲਤ ਕਰਦਾ ਜਾਂ ਸਮਾਜ ਦੇ ਪ੍ਰਤੀ ਕੋਈ ਗਲਤ ਬੋਲਦਾ ਤਾਂ ਉਹਦਾ ਨਿਤਾਰਾ ਹਮੇਸ਼ਾ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਕਰਦਾ ਆ ਔਰ ਉਸੇ ਨਹੀਂ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਨਾਲ ਡਾਕਟਰ ਅਮਰਜੀਤ ਚਾਨੀ ਜੀ ਜਿਨ੍ਹਾਂ ਨੇ ਸਾਫ ਲਫ਼ਜ਼ਾਂ ਦੇ ਵਿੱਚ ਚੇਤਾਵਨੀ ਦਿੰਦਿਆਂ ਹੋਇਆ ਕਿਹਾ ਹੈਗਾ ਵੀ ਪੂਰੇ ਰਾਮਗੜੀਆ ਸਮਾਜ ਤੋਂ, ਪੂਰੇ ਮਿਸਤਰੀ ਸਮਾਜ ਤੋਂ ਔਰ ਪੂਰੇ ਸੁਨਾਰ ਸਮਾਜ ਤੋਂ ਜਿਹੜੇ ਮੰਤਰੀ ਸਾਹਿਬ ਨੇ ਮਾਫੀ ਮੰਗਣ ਜਾ ਕੇ, ਵੈਸੇ ਤਾਂ ਸਾਫ਼ ਕਹਿਣ ਨੂੰ ਤੁਹਾਨੂੰ ਦਿਲ ਨਹੀਂ ਕਰਦਾ ਗਾ, ਅਸੀਂ ਸਤਿਕਾਰ ਕਰਦੇ, ਤੁਸੀਂ ਤੁਹਾਡੇ ਸੰਸਕਾਰਾਂ ਦੇ ਵਿੱਚ ਇਹ ਚੀਜ਼ ਹੈ ਨਹੀਂ ਕਿ ਸਾਡੇ ਹੈਗੀ ਹੈ, ਅਸੀਂ ਹੋਰ ਵੀ ਬਹੁਤ ਲਫ਼ਜ਼ ਇਸਤੇਮਾਲ ਕਰ ਸਕਦੇ ਹਾਂ ਜਿਵੇਂ ਦੇ ਤੁਸੀਂ ਕੀਤੇ ਨੇ, ਪਰ ਸਾਡਾ ਸਾਡੀ ਮਰਿਆਦਾ ਹੈ, ਅਸੀਂ ਮਰਿਆਦਾ ਦੇ ਵਿੱਚ ਰਹਿ ਕੇ ਕੰਮ ਕਰਾਂਗੇ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਅਗਰ ਤੁਸੀਂ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਕਰਿਓ, ਅਗਰ ਤੁਸੀਂ ਸਾਨੂੰ ਯੂਟਿਊਬ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਬਹੁਤ ਬਹੁਤ ਧੰਨਵਾਦ।